ਮੁਲਾਜ਼ਮਾਂ ਦੇ ਵੱਲੋਂ ਕਲਮ ਛੁੱਟ ਹੜਤਾਲ ਕੀਤੀ ਗਈ ਹੋਈ ਹੈ, ਕਾਫੀ ਲੰਬਾ ਸਮਾਂ ਹੋ ਗਿਆ ਤਾਂ 2 ਦਿਨ ਦੀ ਸਮੂਹਿਕ ਛੁੱਟੀ ਤੇ ਮੁਲਾਜ਼ਮ ਗਏ ਹੋਏ ਹੈ 14 ਤੇ 15 ਤਰੀਕ। ਅੱਜ 15 ਤਰੀਕ ਹੈਗੀ ਹੈ, ਫਿਰੋਜ਼ਪੁਰ ਦੇ ਵਿੱਚ ਹਾਲਾਤ ਦਿਖਾ ਦੇਣਾ ਚਾਹੁੰਦੇ ਹਾਂ। ਕੰਮ ਕਰਾਉਣ ਆ ਰਹੇ ਹੈਗੇ ਆ ਲੋਕ, ਪਰ ਉਹਨਾਂ ਦੇ ਕੰਮ ਨਹੀਂ ਹੋ ਰਹੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਕੰਮ ਕਰਵਾਉਣ ਵਾਸਤੇ ਆ ਰਹੇ ਹੈਗੇ ਆ ਲੋਕ। ਕੀ ਨਾਮ ਹੈ ਜੀ ਤੁਹਾਡਾ? ਗੁਰਦੇਵ ਸਿੰਘ ਜੀ। ਗੁਰਦੇਵ ਸਿੰਘ ਜੀ ਕਿੱਥੋਂ ਆਏ ਹੈਗੇ? ਖੰਬੇ ਪਿੰਡ ਤੋਂ ਜੀ। ਕੀ ਕਰਵਾਉਣ ਆਏ ਸੀ? ਕਾਰਡ ਕੱਟਿਆ ਗਿਆ ਸੀ ਮੁੰਡੇ ਦਾ, ਕੰਮ ਕਰਵਾਉਣਾ ਸੀ, ਕੋਈ ਅਫਸਰ ਬੈਠਾ ਹੀ ਨਹੀਂ, ਸਾਰੇ ਹੜਤਾਲ ਆਉਂਦੇ ਨੇ, 2-3 ਦਿਨਾਂ ਨੂੰ ਆਇਆ ਜੇ। ਇਹ ਬੰਦ ਪਏ ਸਾਰੇ ਦਰਵਾਜ਼ੇ? ਸਾਰੇ ਬੰਦ ਪਏ। ਲੋਕ ਲੱਗੇ ਹੋਏ ਆ? ਹਾਂਜੀ, ਲੋਕ ਲੱਗੇ ਹੋਏ। ਕਿੱਡਾ ਕੁ ਔਖਾ ਹੋ ਜਾਂਦਾ ਬੰਦਾ? ਬਹੁਤ ਔਖਾ, ਬਹੁਤ ਦੂਰੋਂ ਆਏ ਅਸੀਂ, ਫਿਰੋਜ਼ਪੁਰ ਦਾ ਲੱਖੋ ਕੇ ਬਰਾਮ ਤੋਂ ਆਏ, ਚੱਲ ਕੇ ਅੱਗੇ ਇੱਕ ਦਿਨ ਆਏ ਉਦਣਾਂ ਦੇ ਮੰਦੋੜ ਜਾਓ, ਹੁਣ ਇੱਥੇ ਆਏ, ਹੁਣ ਆਉਂਦੇ ਫਿਰ ਅੱਜ ਛੁੱਟੀ ਹੈ, ਹੁਣ ਸੋਮਵਾਰ ਆਇਆ ਜੀ, ਫਿਰ ਬੜਾ ਔਖਾ ਹੋ ਜਾਂਦਾ ਹੋਏਗਾ। ਬਹੁਤ ਔਖਾ ਜੀ ਸਾਨੂੰ। ਕੀ ਨਾਮ ਹੈ ਤੁਹਾਡਾ? ਮੁਖਤਿਆਰ ਸਿੰਘ ਜੀ। ਕੀ ਕਰਾਉਣ ਆਏ ਸੀ? ਕਾਰਡ ਕੱਟਿਆ ਗਿਆ, ਦਾਣੇ ਵਾਲਾ ਗਲਤੀ ਨਾਲ ਕੱਟਿਆ ਹੈਗਾ ਵੀ, ਪਟਵਾਰੀ ਨੇ ਸਾਇਨ ਸੁਣ ਅਸੀਂ ਕਰਾਈ ਬੈਠੇ ਹਾਂ, ਸਾਡਾ ਬਿਲਕੁਲ ਗਲਤ ਕਾਰਡ ਕਰੀਚਾ। ਤੇ ਕੀ ਹੋਇਆ ਨੀ ਕੰਮ? ਮਸਲਾ ਨੀ ਹੱਲ ਹੋਇਆ, 3-4 ਮਹੀਨੇ ਗਏ, ਮੈਨੂੰ ਕਣਕ ਨੀ ਮਿਲਦੀ ਵੀ ਮੈਂ ਕਰਾਂ। ਤੇ ਇੱਥੇ ਹੁਣ ਅੱਜ ਹੜਤਾਲ ਗਏ ਸਾਰੇ ਮੁਲਾਜ਼ਮ? ਕੋਈ ਵੀ ਨੀਗਾ? ਕੋਈ ਨੀਗਾ। ਬੜਾ ਔਖਾ ਹੋ ਜਾਂਦਾ ਹੋਏਗਾ? ਬਹੁਤ ਜ਼ਿਆਦਾ ਤਾਂ ਬਿਲਕੁਲ ਬੜਾ ਔਖਾ ਹੋ ਜਾਂਦਾ। ਹੋਰ ਵੀ ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਕਿਸਾਨ ਜਿੱਥੇ ਵਧੀਆ ਦੇ ਆਗੂ ਵੀ ਮੌਜੂਦ ਹੈ ਜਿਹੜੇ ਸਮੂਹਿਕ ਛੁੱਟੀ ਤੇ ਮੁਲਾਜ਼ਮ ਗਏ ਹੋਏ ਆ। ਕਿੰਨਾ ਕੁ ਪਰੇਸ਼ਾਨ ਹੋ ਜਾਂਦਾ ਬੰਦਾ? ਪਰੇਸ਼ਾਨੀ ਤਾਂ ਬਹੁਤ ਜ਼ਿਆਦਾ ਜੀ, ਜੋ ਘਰੋਂ ਕੋਈ ਵੀ ਕੰਮ ਕਰਾਉਣ ਵਾਸਤੇ ਆਸ ਤੱਕ ਕੇ ਆਉਂਦਾ, ਉਹਨੂੰ ਪਰੇਸ਼ਾਨ ਹੋ ਕੇ ਮੁੜਨਾ ਪੈਂਦਾ, ਅਤੇ ਮੁੜ ਕੇ ਪਿਛੋਂ ਬੜਾ ਨਿਰਾਸ਼ਾਜਨਕ ਹੋ ਕੇ ਅਤੇ ਫਿਰ ਘਰਾਂ ਨੂੰ ਜਾਂਦਾ। ਹੋਰ ਮੁਲਾਜ਼ਮਾਂ ਨੂੰ ਕਾਹਦੀ ਯੂਨੀਅਨ, ਉਹਨਾਂ ਦੀ ਕਾਹਦੀ ਛੁੱਟੀ? ਬੜਾ ਔਖਾ ਹੋ ਜਾਂਦਾ ਹੋਏਗਾ। ਹਾਂਜੀ ਹਾਂਜੀ, ਅਸੀਂ ਹੁਣ ਵੇਖੋ 20 ਜਣੇ ਸਵੇਰੇ ਤਿਆਰ ਹੋਏ ਹਾਂ, ਲੋਕਾਂ ਦੇ ਜੰਗਲ 'ਚ ਰਹਿਣ ਵਾਲੇ ਅਸੀਂ ਲੋਕ ਹਾਂ, ਲੋਕਾਂ ਦੇ ਕੰਮ ਲੈ ਕੇ ਆਏ ਸੀ ਅਸੀਂ, ਅੱਜ ਹੁਣ ਵਾਪਸ ਸਾਨੂੰ ਜਾਣਾ ਪੈਣਾ। ਇਹ ਬਹੁਤ ਸਾਡੇ ਨਿਰਾਸ਼ਾ ਹੁੰਦੀ ਹੈ ਇਸ ਤਰ੍ਹਾਂ ਮੁੜ ਗਏ। ਅਫਸਰ ਨੇ ਜਦੋਂ, ਅਫਸਰ ਨੂੰ ਆਪਾਂ ਮਾਂ ਕਹਿੰਦੇ ਹਾਂ ਵੀ ਇਸ ਏਰੀਏ ਦੀ ਮਾਂ ਹੈ, ਜਦੋਂ ਮਾਂ ਹੀ ਨਾ ਮਿਲੇਗੀ ਤਾਂ ਫਿਰ ਕਿਸ ਤਰ੍ਹਾਂ ਹੋ ਜਾਵੇ? ਬਿਲਕੁਲ ਬੜਾ ਔਖਾ ਹੋ ਜਾਂਦਾ ਹੈ। ਮੁਲਾਜ਼ਮ ਆਪਣੀ ਸੀਟਾਂ 'ਤੇ ਹੈ ਹੀ ਨਹੀਂ ਹੈ, ਮੁਲਾਜ਼ਮਾਂ ਦਾ ਕਹਿਣਾ ਕਿ ਉਹਨਾਂ ਦੀਆਂ ਮੰਗਾਂ ਹੈਗੀਆਂ ਨੇ, ਜਿਹਨੂੰ ਲੈ ਕੇ ਉਹਨਾਂ ਨੇ ਕਲਮ ਛੁੱਟ ਹੜਤਾਲ ਕੀਤੀ ਹੋਈ ਸੀ। ਤਾਂ ਹੁਣ ਤਸਵੀਰ ਜਿਹੜੀ ਹੈ ਉਹ ਅਸੀਂ ਦਿਖਾ ਰਹੇ ਹੈਗੇ ਆ, ਤੁਸੀਂ ਦੇਖ ਸਕਦੇ ਹੈਗੇ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈਗਾ, ਇੱਥੇ ਸਾਰੇ ਦਫ਼ਤਰ ਹੈਗੇ ਨੇ, ਔਰ ਇੱਥੋਂ ਦੀ ਤਸਵੀਰ ਅਸੀਂ ਦਿਖਾਵਾਂਗੇ ਕਿ ਹਾਲਾਤ ਕੀ ਹੈਗੇ ਨੇ। ਹਾਲਾਤ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ ਕਿ ਇਹ ਕੋਈ ਐਤਵਾਰ ਵਾਲਾ ਦਿਨ ਨਹੀਂ ਹੈਗਾ ਜਾਂ ਸ਼ਨੀਵਾਰ ਵਾਲਾ ਦਿਨ ਨਹੀਂ ਹੈਗਾ, ਇਹ ਅੱਜ ਸ਼ੁੱਕਰਵਾਰ ਦਾ ਦਿਨ ਹੈ। ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ, ਕਮਰਿਆਂ ਨੂੰ ਤਾਲੇ ਲੱਗੇ ਹੋਏ ਨੇ, ਤਾਂ ਕੋਈ ਵੀ ਇੱਥੇ ਜਿਹੜਾ ਨਜ਼ਰ ਨਹੀਂ ਆ ਰਿਹਾ, ਕਮਰੇ ਸਾਰੇ ਬੰਦ ਹੈਗੇ ਨੇ। ਇਹ ਵੱਧ ਇਸ ਕਰਕੇ ਹੈਗੇ ਹੈ ਕਿ ਸਮੂਹਿਕ ਛੁੱਟੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੋਈ ਹੈ, ਕਮਰਿਆਂ ਨੂੰ ਤਾਲੇ ਜਿਹੜੇ ਹੈ ਉਹ ਲੱਗੇ ਹੋਏ ਹੈ। ਤਾਂ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਦਿਖਾ ਰਹੇ ਹੈਗੇ ਹਾਂ, ਇਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈਗਾ। ਤਾਂ ਮੁਲਾਜ਼ਮ ਇੱਥੇ ਹੈ ਹੀ ਨਹੀਂ ਆਪਣੀ ਸੀਟਾਂ ਦੇ ਉੱਪਰ, ਮੁਲਾਜ਼ਮ ਕਲਮ ਛੋੜ ਹੜਤਾਲ ਕੀਤੀ ਸੀ ਤਾਂ 14 ਤੋਂ 15 ਤਰੀਕ ਨੂੰ ਲੈ ਕੇ ਜਿਹੜਾ ਸਮੂਹਿਕ ਛੁੱਟੀ 'ਤੇ ਚਲੇ ਗਏ, ਤਾਂ ਅੱਜ 15 ਤਰੀਕ ਹੈ ਤਾਂ ਸਮੂਹਿਕ ਛੁੱਟੀ 'ਤੇ ਗਏ ਹੋਏ ਹੈ। ਤਾਂ ਕਾਫੀ ਔਖਾ ਹੋ ਜਾਂਦਾ ਹੈ, ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ, ਉਹਨਾਂ ਨੇ ਕਿਹਾ ਕਿ ਦੂਰੋਂ ਅਸੀਂ ਆ ਰਹੇ ਹੈਗੇ ਹਾਂ ਪਰ ਸਾਡੇ ਕੰਮ ਕਾਰ ਜਿਹੜੇ ਹੈ ਉਹ ਨਹੀਂ ਹੋ ਰਹੇ, ਤਾਂ ਕਾਫੀ ਪਰੇਸ਼ਾਨੀ ਜਿਹੜੀ ਹੈ ਉਹ ਹੋ ਜਾਂਦੀ ਹੈਗੀ ਹੈ। ਤਾਂ ਹੁਣ ਦੇਖਣਾ ਹੋਊਗਾ ਕਿ ਇਸ ਮਸਲੇ ਦਾ ਹੱਲ ਕਦੋਂ ਹੁੰਦਾ, ਲੋਕਾਂ ਨੂੰ ਕਦੋਂ ਜਿਹੜੀ ਹੈ ਰਾਹਤ ਮਿਲੂਗੀ, ਲੋਕਾਂ ਦੇ ਕੰਮ ਜਿਹੜੇ ਹੈ ਉਹ ਸਫ਼ਰ ਕਰ ਰਹੇ ਹੈਗੇ ਹੈ। ਤਾਂ ਮੁਲਾਜ਼ਮਾਂ ਦਾ ਕਹਿਣਾ ਹੈਗਾ ਕਿ ਉਹਨਾਂ ਦੀਆਂ ਮੰਗਾਂ ਹੈਗੀਆਂ ਨੇ, ਸਰਕਾਰ ਜਿਹੜਾ ਉਸ ਵੱਲ ਧਿਆਨ ਦੇਵੇ। ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ, ਜਗਬਾਣੀ ਟੀਵੀ, ਫਿਰੋਜ਼ਪੁਰ।